देखो मैं थोड़ी सुनी जा रहा हूँ हूँ मेरी बेनती देखो एक गल तुम पता है कि तुम कानून गलत साढ़े ना करते जेकर असी थोड़ी सड़क रोकीये थोड़ा अधिकार आ साढ़े कार्रवाई करना असी कोई थोड़ी सड़क नहीं रोकनी है असी अपना जा रहे हैं दिल्ली वाल तुसी दिल्ली के बॉर्डर से जिथे सू रोकना रोक लो जिथे साडा टैक्स पर जे तुम सू कहो भी असं धक्का करा असी तुम रोक भी एक गल समझा दो क्या सुप्रीम कोर्ट ने कोई ऐसी बात कह रखी कि रोका जाए सुप्रीम कोर्ट ने तो तुम्हें भी कहा कि सुप्रीम कोर्ट के ऑर्डर की वायोलेशन है जो तुम कर रहे जी ਤੁਸੀਂ ਸੜਕਾਂ ਸਾਡੀਆਂ ਬਲੌਕ ਕਰ ਰੱਖੀਆਂ ਲੋਕ ਜਮਾਤ ਗੁਜ਼ਾਰ ਰਹੇ ਆ ਦੇਖੋ ਗੱਲ ਤੇ ਰਹੀ ਹੈ ਅਸੀਂ ਤੁਸੀਂ ਕਹਿੰਦੇ ਅਸੀਂ ਵਾਪਸ ਨਹੀਂ ਮੁੜ ਸਕਦੇ ਨਹੀਂ ਮੁੜਾਂਗੇ ਠੀਕ ਹੈ ਵਾਪਸ ਨਹੀਂ ਮੁੜਾਂਗੇ ਨਹੀਂ ਮੁੜਾਂਗੇ ਨਹੀਂ ਮੁੜਾਂਗੇ ਵਾਪਸ ਕੁੰਜ ਜਾ ਤੁਹਾਨੂੰ ਦੁਬਾਰਾ ਇੱਕ ਸਰਵਿਸ ਲੈਣ ਤੇ ਤੁਹਾਨੂੰ ਥਾਂ ਦੇ ਦੇਣਗੇ ਨਹੀਂ ਪਰ ਮੇਰੀ ਬੈਂਸ ਸੁਣੋ ਨਾ ਕਹਿ ਰਹੇ ਨੇ ਪਰ ਇੱਥੇ ਹੋਰਸ ਤੇ ਸਾਡੀ ਇੱਥੇ ਵੀ ਰਹਿਣਗੀ ਤੁਹਾਡੇ ਨਾਲ ਹੀ ਰਹਿਣਗੀ ਠੀਕ ਹੈ ਨਾਲ ਲੈਣ ਤਿਆਰ ਹਾਂ ਪਰ ਕਿੱਥੇ ਦੇਖੋ ਗੁੜਗਾਉਂ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਨਹੀਂ ਹੋ ਸਕਦੀ ਪਰ ਕਿੱਥੇ ਅਸੀਂ ਇੱਥੇ ਥੋੜੀ ਅਸੀਂ 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 ਇੱਥੇ ਬੈਠੇ ਆ ਜੀ ਇੱਥੋਂ ਨਹੀਂ ਹਟਾਂਗੇ ਇੱਥੇ ਬੈਠੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅਸੀਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੇ ਹਾਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਔਰ ਖਾਸ ਤੌਰ ਤੇ ਮੈਂ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਇਸ ਮੀਡੀਆ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਆਪਣੇ ਫੋਨ ਬੁੱਕ ਫੇਸਬੁੱਕਾਂ ਤੇ ਪਾ ਕੇ ਨੂੰ ਸ਼ੇਅਰ ਕਰੋ ਹੁਣੇ ਹੁਣੇ ਜਿਹੜੇ ਸ਼ਾਹਜਹਾਂਪੁਰ ਰਾਜਸਥਾਨ ਹਰਿਆਣਾ ਬਾਰਡਰ ਜਿਹੜਾ ਹੈ ਉੱਥੋਂ ਐਡਵੋਕੇਟ ਸੁਖਜਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਉਸ ਬਾਰਡਰ ਨੂੰ ਹਟਾ ਕੇ ਉੱਥੋਂ ਚੱਲ ਪਏ ਨੇ ਤਕਰੀਬਨ ਹਜ਼ਾਰ ਸਿੰਘ ਜਿਹੜੇ ਉਹਨੂੰ ਰੋਕਿਆ ਹੋਇਆ ਸੀਗਾ ਸਾਨੂੰ ਹੁਣੇ ਉਹਨਾਂ ਨੇ ਜਾਣਕਾਰੀ ਦਿੱਤੀ ਸਰਦਾਰ ਸੁਖਜਿੰਦਰ ਸਿੰਘ ਜੀ ਨੇ ਅਸੀਂ ਉਹਨਾਂ ਨੂੰ ਕੋਚ ਕਰ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਮੀਡੀਆ ਦੇ ਬੰਦੂ ਸੁਣ ਰਹੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਨੇ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਾ ਕੇ ਤੇ ਲੋਕਾਂ ਨੂੰ ਜਾਣਕਾਰੀ ਦਿਓ ਮੈਂ ਤੁਹਾਡੇ ਨਾਲ ਸੁਖਜਿੰਦਰ ਸਿੰਘ ਜੀ ਦਾ ਨੰਬਰ ਵੀ ਸ਼ੇਅਰ ਕਰਨ ਜਾ ਰਿਹਾ ਆਹ ਸੁਖਜਿੰਦਰ ਸਿੰਘ ਜੀ ਦਾ ਨੰਬਰ ਆ ਜਿਹੜੇ ਉੱਥੋਂ ਚੱਲੇ ਹੋਏ ਨੇ ਮੁੰਡਿਆਂ ਨੇ ਬੜੀ ਹਿੰਮਤ ਕਰਕੇ ਤੇ ਉਹ ਬਾਰਡਰ ਤੋੜ ਕੇ ਉੱਥੋਂ ਚੱਲੇ ਨੇ ਇਹਦਾ ਨੰਬਰ ਆ 905419050531000053 ਇਹ ਸੁਖਜਿੰਦਰ ਸਿੰਘ ਜੀ ਐਡਵੋਕੇਟ ਸੁਖਜਿੰਦਰ ਸਿੰਘ ਜੀ ਨੇ ਜਿਹੜੇ ਕਿ ਹੁਣੇ ਉੱਥੋਂ ਆਪਣੇ ਸਾਥੀਆਂ ਦੇ ਨਾਲ ਨੌਜਵਾਨਾਂ ਦੀ ਟੀਮ ਇਹ ਜਥੇਬੰਦੀ ਕਾਫੀ ਦਿਨ ਤੋਂ ਉੱਥੇ ਬੈਠੀ ਸੀ ਇਹਨਾਂ ਨੂੰ ਪੁਲਿਸ ਨੇ ਰੋਕ ਰੱਖਿਆ ਸੀਗਾ ਔਰ ਅੰਤ ਅੰਦਰ ਅੱਜ ਇਹਨਾਂ ਨੇ ਆਪਣੀ ਹਿੰਮਤ ਦਿਖਾਈ ਔਰ ਉਹਨਾਂ ਬਾਰਡਰਾਂ ਤੋਂ ਨਿਕਲ ਆਏ ਨੇ ਅੱਗੇ ਇਹਨਾਂ ਨੂੰ ਕੋਈ ਰੋਕੇ ਨਾ ਔਰ ਇਹ ਕੁੰਡਰੀ ਠੀਕ ਠਾਕ ਪਹੁੰਚ ਜਾਣ ਇਹਦੇ ਵਾਸਤੇ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਜਿਹੜਾ ਵੀ ਸਹਿਯੋਗ ਕਰ ਸਕਦਾ ਜ਼ਰੂਰ ਸਹਿਯੋਗ ਕਰੇ ਅਸੀਂ ਇਸ ਵੇਲੇ ਕੁੰਡਲੀ ਮਾਨੇਸਰ ਐਕਸਪ੍ਰੈਸ ਹਾਈਵੇ ਤੇ ਚੜ ਗਏ ਹਾਂ ਅਸੀਂ ਤਕਰੀਬਨ 35 ਮਿੰਟ ਬਾਅਦ ਉੱਥੇ ਪਹੁੰਚ ਜਾਣਾ ਹੈ ਪਰ ਮੈਂ ਸੋਸ਼ਲ ਮੀਡੀਆ ਦੇ ਆਪਣੇ ਮਿੰਦੂਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਹਾਂ ਦੋਸਤਾਂ ਨੂੰ ਕਹਿਣਾ ਚਾਹੁੰਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਸਭ ਤੱਕ ਪਹੁੰਚਾਓ ਤਾਂ ਕਿ ਵੱਧ ਤੋਂ ਵੱਧ ਨੂੰ ਸਮਰਥਨ ਆਪਾਂ ਮੁਹੱਈਆ ਕਰਾ ਸਕੀਏ ਔਰ ਜਲਦੀ ਤੋਂ ਜਲਦੀ ਆਪਾਂ ਉਹਨਾਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਵੀਰਾਂ ਨੂੰ ਆਪਣੇ ਭਰਾ ਕਿਸਾਨ ਭਰਾਵਾਂ ਨੂੰ ਦਿੱਲੀ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ